ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਵਰਲਡ ਵਾਰ 1 ਹੋਣ ਦੇ ਘਰੇਲੂ ਸਿਆਸੀ ਕਾਰਨ ਖੱਬੇ ਪੱਖੇ ਪਾਰਟੀਆਂ ਖਾਸ ਤੌਰ ਤੇ ਜਰਮਨ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਨੇ 1912 ਦੀਆਂ ਜਰਮਨ ਸੰਗੀ ਚੋਣਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਰਮਨ ਸਰਕਾਰ ਉੱਤੇ ਅਜੇ ਵੀ ਪ੍ਰੂਸ਼ੀਅਨ ਜੰਗਕਰਾਂ ਦਾ ਦਬਦਬਾ ਸੀ ਜੋ ਖੱਬੇ ਪੱਖੀ ਪਾਰਟੀਆਂ ਦੇ ਹਾਵਰ ਤੋਂ ਡਰਦੇ ਸਨ ਅਸਲ ਵਿੱਚ ਜੰਕਰ ਪ੍ਰੂਸ਼ੀਆ ਵਿੱਚ ਜ਼ਮੀਨੀ ਰਾਇਸ ਤੇ ਮੈਂਬਰ ਸਨ ਉਨ੍ਹਾਂ ਕੋਲ ਬਹੁਤ ਸਾਰੀਆਂ ਜਾਇਦਾਦਾਂ ਸਨ ਜਿਨ੍ਹਾਂ ਦੀ ਸਾਮਸਮਲ ਕਿਸਾਨਾਂ ਦੁਆਰਾ ਕੀਤੀ ਜਾਂਦੀ ਸੀ ਉਹ ਪਰਸ਼ੀਆ ਤੇ 1871 ਤੋਂ ਬਾਅਦ ਜਰਮਨ ਫੌਜੀ ਰਾਜਨੀਤਿਕ ਅਤੇ ਕੂਟਨੀਤਿਕ ਲੀਡਰਸ਼ਿਪ ਵਿੱਚ ਇੱਕ ਮਹੱਤਵਪੂਰਨ ਕਾਰਕ ਸਨ ਫ੍ਰਿਡਸ ਫਿਸ਼ਰ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਅਵਾਧਿਆ ਧਿਆਨ ਭਟਕਾਉਣ ਅਤੇ ਸਰਕਾਰ ਲਈ ਦੇਸ਼ ਭਗਤੀ ਦੇ ਸਮਰਥਨ ਨੂੰ ਵਧਾਉਣ ਲਈ ਜਾਣਬੁੱਝ ਕੇ ਬਾਹਰੀ ਯੁੱਧ ਦੀ ਮੰਗ ਕੀਤੀ ਦਰਅਸਲ ਇੱਕ ਜਰਮਨੀ ਫੌਜੀ ਨੇਤਾ ਮੌਰੀਟਸ ਵਾਰਨ ਲਿੰਕਰ ਜੋ ਕਿ ਫੌਜੀ ਕੈਬਨਿਟ ਦਾ ਮੁਖੀ ਸੀ 1909 ਵਿੱਚ ਜੁਦਦਾ ਸੀ ਕਿਉਂਕਿ ਇਹ ਘਰ ਅਤੇ ਵਿਦੇਸ਼ ਵਿੱਚ ਮੁਸ਼ਕਲਾਂ ਤੋਂ ਬਚਣ ਲਈ ਫਾਇਦੇਮੰਦ ਸੀ ਦੂਜੇ ਲੇਖਾਂ ਦੀ ਦਲੀਲ ਹੈ ਕਿ ਜਰਮਨ ਰੂੜੀਵਾਦੀ ਇਸ ਦਰਕਾਨ ਜੁੱਧ ਬਾਰੇ ਦੁਬਿਧਾਵਾਨ ਸਨ ਕਿ ਜੁੱਧ ਹਾਰਨ ਦੇ ਵਿਨਾਸ਼ਕਾ ਨਤੀਜੇ ਹੋਣਗੇ ਅਤੇ ਵਿਸ਼ਵਾਸ ਕੀਤਾ ਕਿ ਇੱਕ ਸਫਲ ਜੁੱਧ ਵੀ ਓਵਾਦੀ ਨੂੰ ਦੂਰ ਕਰ ਸਕਦਾ ਹੈ ਜੇਕਰ ਇਹ ਜੁੱਧ ਬਹੁਤ ਜ਼ਿਆਦਾ ਲੰਬੇ ਸਮੇਂ ਤੱਕ ਚੱਲਦਾ ਹੈ ਜਾਂ ਬਹੁਤ ਜ਼ਿਆਦਾ ਮੁਸ਼ਕਲਾ ਭਰਿਆ ਹੁੰਦਾ ਹੈ ਵੱਡੇ ਪੱਧਰ ਤੇ ਜੁਦੀ ਖੁਸ਼ੀ ਦੇ ਦ੍ਰਿਸ਼ ਅਕਸਰ ਪ੍ਰਚਾਰ ਦੇ ਉਦੇਸ਼ਾਂ ਲਈ ਤਿਆਰ ਕੀਤੇ ਜਾਂਦੇ ਸਨ ਅਤੇ ਇਥੋਂ ਤੱਕ ਕਿ ਉਹ ਦ੍ਰਿਸ਼ ਜੋ ਸੱਚੇ ਸਨ ਆਮਵਾਦੀ ਨੂੰ ਦਰਸਾਉਂਦੇ ਸਨ ਬਹੁਤ ਸਾਰੇ ਜਰਮਨ ਲੋਕਾਂ ਨੇ ਆਪਣੇ ਆਲੋ ਆਲ ਦੇ ਸ਼ਾਦੇ ਅਨੁਕੂਲ ਹੋਣ ਦੀ ਜ਼ਰੂਰਤ ਦੀ ਸ਼ਿਕਾਇਤ ਕੀਤੀ ਜਿਸ ਨੇ ਬਾਅਦ ਵਿੱਚ ਨਾਜੀ ਪ੍ਰਚਾਰਕਾਂ ਨੂੰ ਰਾਸ਼ਟਰੀ ਪੂਰਤੀ ਦੀ ਇੱਕ ਤਸਵੀਰ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੱਤੀ ਜੋ ਬਾਅਦ ਵਿੱਚ ਸਮਾਜਵਾਦੀਆਂ ਦੁਆਰਾ ਫੌਜ ਦੇ ਕਥਿਤ ਡੋਸਟੋਸ ਵਿੱਚ ਜੁੱਧ ਸਮੇ ਦੇ ਵਿਸ਼ਵਾਸ ਘਾਤ ਅਤੇ ਵਿਤਕ੍ਰੇ ਦੁਆਰਾ ਤਬਾਹ ਹੋ ਗਈ ਡਰਾਈਵਰਸ ਆਫ ਆਸਟਰੋ-ਹੰਗਰੀਅਨ ਪਾਲਿਸੀ ਇਹ ਦਲੀਲ ਕਿ ਅਸਟਰੀਆ ਹੰਗਰੀ ਇੱਕ ਮਰੀ ਹੋਈ ਰਾਜਨੀਤਿਕ ਹਸਤੀ ਸੀ ਜਿਸ ਦਾ ਲੋਪ ਹੋਣਾ ਸਿਰਫ ਸਮੇਂ ਦੀ ਗੱਲ ਸੀ ਵਿਰੋਧੀ ਸਮਕਾਲੀਆ ਦੁਆਰਾ ਇਹ ਸੁਝਾ ਦੇਣ ਲਈ ਤਾਇਨਾਤ ਕੀਤਾ ਗਿਆ ਸੀ ਕਿ ਜੁੱਧ ਤੋਂ ਪਹਿਲਾਂ ਪਿਛਲੇ ਸਾਲਾਂ ਦੌਰਾਨ ਇਸ ਦੀ ਅਖੰਡਤਾ ਦੀ ਰੱਖਿਆ ਕਰਨ ਦੀ ਕੋਸ਼ਿਸ਼ਾਂ ਕੁਝ ਅਰਥਾਂ ਵਿੱਚ ਨਜਾਇਜ਼ ਸਨ ਇਹ ਸੱਚ ਹੈ ਕਿ ਜੁੱਧ ਤੋਂ ਪਹਿਲਾਂ ਦੇ ਦਹਾਕਿਆਂ ਵਿੱਚ ਆਸਟ੍ਰੋ-ਹੰਗਰੀ ਦੀ ਰਾਜਨੀਤੀ ਵਿੱਚ ਸਾਮਰਾਜ ਦੀਆਂ 11 ਅਧਿਕਾਰਿਤ ਕੌਮਾਂਤਾਂ ਵਿੱਚ ਰਾਸ਼ਟਰੀ ਅਧਿਕਾਰਾਂ ਲਈ ਸੰਘਰਸ਼ ਦਾ ਵੱਧ ਤੋਂ ਵੱਧ ਦਬਦਬਾ ਸੀ ਜਿਸ ਵਿੱਚ ਜਰਮਨ, ਹੰਗਰੀ, ਚੈਕ, ਸਲਵਾਕ, ਸਲੋਵੇਨੀ, ਕਰੋਏਟ, ਸਰਬ ਰੂਮਾਨੀ, ਰੁਥੇਨੀਅਨ, ਪੋਲਿਸ਼ ਅਤੇ ਇਤਾਲਵੀ ਹਾਲਾਂਕਿ 1914 ਤੋਂ ਪਹਿਲਾਂ ਸਾਮਰਾਜ ਤੋਂ ਪੂਰੀ ਤਰ੍ਹਾਂ ਵੱਖ ਹੋਣ ਦੀ ਮੰਗ ਕਰਨ ਵਾਲੇ ਕਟੜਪੰਥੀ ਰਾਸ਼ਟਰਵਾਦੀ ਅਜੇ ਵੀ ਛੋਟੀ ਜਿਹੀ ਕਟ ਗਿਣਤੀ ਸਨ ਅਤੇ ਆਸਟਰੀਆ-ਹੰਗਰੀ ਦੀ ਰਾਜਨੀਤਿਕ ਗੜਬੜ ਡੂੰਘਾਈ ਨਾਲੋਂ ਜ਼ਿਆਦਾ ਰੌਲੇ ਰੱਪੇ ਵਾਲੀ ਸੀ। ਵਾਸਤਵ ਵਿੱਚ ਯੁੱਧ ਤੋਂ ਪਹਿਲਾਂ ਦੇ ਦਹਾਕੇ ਵਿੱਚ ਹੈਪਸਬਰਗ ਦੀਆਂ ਜਮੀਨਾਂ ਮਜ਼ਬੂਤ ਵਿਆਪਕ ਸਾਂਝੇ ਆਰਥਿਕ ਵਿਕਾਸ ਦੇ ਇੱਕ ਪੜਾਅ ਵਿੱਚੋਂ ਲੰਘੀਆਂ। ਜਿਆਦਾਤਰ ਬਸਨਿਕਾ ਨੇ ਹੈब्सਬਰਗ ਨੂੰ ਕਰੰਬਤ ਸਰਕਾਰ ਜਨਤਕ ਸਿੱਖਿਆ, ਭਲਾਈ, ਸਵੱਛਤਾ, ਕਾਨੂੰਨ ਦੇ ਰਾਜ ਅਤੇ ਇੱਕ ਵਧੀਆ ਬੁਨਿਆਦੀ ਢਾਂਚੇ ਦੇ ਰੱਖ-ਰਖਾਅ ਦੇ ਲਾਭਾਂ ਨਾਲ ਜੋੜਿਆ। ਕ੍ਰਿਸਟੋਫਰ ਕਲਾਰਕ ਕਹਿੰਦਾ ਹੈ ਖੁਸ਼ਹਾਲ ਅਤੇ ਮੁਕਾਬਲਤਨ ਚੰਗੀ ਤਰ੍ਹਾਂ ਪ੍ਰਬੰਧਿਤ ਸਾਮਰਾਜ ਨੇ ਆਪਣੇ ਬਜ਼ੁਰਗ ਪ੍ਰਭੂਸਤਾ ਵਾਂਗ ਗੜਬੜ ਦੇ ਵਿਚਾਰਿਕ ਉਤਸੁਖ ਸਥਿਤਾ ਦਾ ਪ੍ਰਦਰਸ਼ਨ ਕੀਤਾ ਸੰਕਟ ਆਏ ਅਤੇ ਚਲੇ ਗਏ ਬਿਨਾਂ ਸਿਸਟਮ ਦੀ ਹੋਣ ਨੂੰ ਖਤਰਾ ਪੈਦਾ ਕਰਨ ਲਈ ਇਸ ਤਰ੍ਹਾਂ ਦੀ ਸਥਿਤੀ ਹਮੇਸ਼ਾ ਰਹੀ ਸੀ ਕਿ ਜਿਵੇਂ ਕਿ ਵੀਐਨਐਸ ਪੱਤਰਕਾਰ ਕਾਲ ਕ੍ਰੋਸ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਹਤਾਸ਼ ਪਰ ਗੰਭੀਰ ਨਹੀਂ ਜੈਕ ਲੇਵੀ ਅਤੇ ਵਿਲੀਅਮ ਮੁਲੀਗਨ ਨੇ ਦੇਲੀਲ ਦਿੱਤੀ ਕਿ ਫਰਾਂਸ ਫੋਰਡਿਨੈਂਸ ਦੀ ਮੌਤ ਖੁਦ ਸ਼ਾਂਤੀ ਲਈ ਇੱਕ ਸ਼ਕਤੀਸ਼ਾਲੀ ਸਮਰਥਕ ਨੂੰ ਮਾਰ ਕੇ ਜੁਲਾਈ ਸੰਕਟ ਨੂੰ ਜੁੱਧ ਵਿੱਚ ਵਧਾਉਣ ਵਿੱਚ ਮਦਦ ਕਰਨ ਵਿੱਚ ਇੱਕ ਮਹੱਤਮਪੂਰਨ ਕਾਰਕ ਸੀ ਅਤੇ ਇਸ ਤਰ੍ਹਾਂ ਇੱਕ ਹੋਰ ਜੁਝਾਰੂ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕੀਤਾ ਡਰਾਈਵਰਸ ਆਫ ਸਰਬੀਅਨ ਪਾਲਿਸੀ ਸਰਬਿਆਈ ਨੀਤੀ ਦੇ ਮੁੱਖ ਉਦੇਸ਼ ਬਾਲਕਨ ਜੁੱਧਾ ਵਿੱਚ ਸਰਬੀਆ ਦੇ ਰੂਸ ਸਮਰਥਿਤ ਵਿਸਤਾਰ ਨੂੰ ਮਜਬੂਤ ਕਰਨਾ ਅਤੇ ਗ੍ਰੇਟਰ ਸਰਬੀਆ ਦੇ ਸੁਪਨਿਆਂ ਨੂੰ ਪ੍ਰਾਪਤ ਕਰਨਾ ਸੀ ਜਿਸ ਵਿੱਚ ਬੋਸਨੀਆ ਸਮੇਤ ਅਸਟਰੀਆ ਹੰਗਰੀ ਵਿੱਚ ਵੱਡੀ ਨਸਲੀ ਸਰਬੀਵਾਦੀ ਵਾਲਿਆਂ ਜ਼ਮੀਨਾਂ ਦਾ ਏਕੀਕਰਨ ਸ਼ਾਮਲ ਸੀ ਇਸ ਦੇ ਅੰਤਰੀਵ ਵਿੱਚ ਇੱਕ ਅਤਰਾਸ਼ਟ੍ਰਵਾਦ ਅਤੇ ਕਤਲੇਆਮ ਦੀ ਇੱਕ ਸੰਸਕ੍ਰਿਤੀ ਸੀ ਜਿਸ ਨੇ 28 ਜੂਨ 1399 ਨੂੰ ਕੋਸੋਵੋ ਦੀ ਹੋਰ ਵਿਨਾਸ਼ਕਾਰੀ ਲੜਾਈ ਦੇ ਬਹਾਦਰੀ ਦੇ ਉਦੇਸ਼ ਵਜੋਂ 오ਟੋਮਨ ਸੁਲਤਾਨ ਮੁਰਾਦ ਪਹਿਲੇ ਦੀ ਹੱਤਿਆ ਨੂੰ ਰੋਮਾਂਟਿਕ ਬਣਾਇਆ ਕਲਰਕ ਕਹਿੰਦਾ ਹੈ ਕਿ ਗ੍ਰੇਟਰ ਸਰਬੀਆਈ ਦ੍ਰਿਸ਼ਟੀ ਸਿ ਸੀ ਹਾਲਾਂਕਿ ਸਿਰਫ ਸਰਕਾਰੀ ਨੀਤੀ ਦਾ ਸਵਾਲ ਨਹੀਂ ਜਾਂ ਇਥੋਂ ਤੱਕ ਕਿ ਪ੍ਰਚਾਰ ਦਾ ਵੀ ਇਹ ਸਰਬੀਆ ਦੇ ਸੱਭਿਆਚਾਰ ਅਤੇ ਪਛਾਣ ਵਿੱਚ ਡੂੰਘਾਈ ਨਾਲ ਗੁਣਿਆ ਗਿਆ ਸੀ ਪ੍ਰਸਿੱਧ ਸਰਬਿਆਈ ਅਮਰੀਕੀ ਵਿਗਿਆਨੀ ਮਾਈਕਲ ਪੁਪਿਨ ਉਦਾਹਰਨ ਵਜੋਂ ਜੁਲਾਈ 1914 ਵਿੱਚ ਕੋਸਮੋ ਦੀ ਲੜਾਈ ਨੂੰ ਫਰਾਂਸ ਫਰਡੀਨੈਂਸ ਦੀ ਹੱਤਿਆ ਨਾਲ ਜੋੜਦੇ ਹਨ ਉਸਨੇ ਲਿਖਿਆ ਹੈ ਕਿ ਲੜਾਈ ਦੀ ਯਾਦਨਾ ਹਮੇਸ਼ਾ ਸਰਬੀਆ ਨੂੰ ਜਾਤ ਦਵਾਉਣ ਲਈ ਕੰਮ ਕਰਦੀ ਹੈ ਕਿ ਉਹਨਾਂ ਨੂੰ ਆਪਣੇ ਨਸਲ ਉਤੇ ਕੀਤੀਆਂ ਗਈਆਂ ਗਲਤੀਆਂ ਦਾ ਬਦਲਾ ਲੈਣਾ ਚਾਹੀਦਾ ਹੈ ਸਰਬਿਆਈ ਨੀਤੀ ਇਸ ਤੱਥ ਦੁਆਰਾ ਗੁੰਜਲਦਾਰ ਸੀ ਕਿ 1914 ਵਿੱਚ ਮੁੱਖ ਅਦਾਕਾਰ ਦੋਵੇਂ ਅਧਿਕਾਰਤ ਸਰ ਸਰਕਾਰ ਸੰਜਿਸ ਦੀ ਅਗਵਾਈ ਨਿਕੋਲਾ ਪਾਸਿਕ ਦੀ ਅਗਵਾਈ ਵਿੱਚ ਕੀਤੀ ਗਈ ਸੀ ਅਤੇ ਬਲੈਕ ਹੈਂਡ دہشتਗਰ ਜਿਸ ਦੀ ਅਗਵਾਈ ਸਰ ਫੌਜੀ ਖੂਫੀਆ ਏਜੰਸੀ ਦੇ ਮੁਖੀ ਨੇ ਕੀਤੀ ਸੀ ਜਿਸ ਨੂੰ ਐਪਿਸ ਵਜੋ ਜਾਣਿਆ ਜਾਂਦਾ ਸੀ ਬਲੈਕ ਹੈਂਡ ਦਾ ਮੰਨਣਾ ਸੀ ਕਿ ਆਸਟਰੀਆ ਹੰਗਰੀ ਦੇ ਨਾਲ ਇੱਕ دہشتਗਰਦੀ ਦੇ ਕੰਮ ਦੁਆਰਾ ਜੰਗ ਨੂੰ ਪੜਕਾਉਣ ਦੁਆਰਾ ਇੱਕ ਮਹਾਨ ਸਰਬਿਆਈ ਕ੍ਰਾਪਤ ਕੀਤਾ ਜਾਵੇਗਾ ਤੇ ਜੰਗ ਰੂਸੀ ਸਮਰਥਨ ਨਾਲ ਜਿੱਤੀ ਜਾਵੇਗੀ ਅਧਿਕਾਰਤ ਸਰਕਾਰੀ ਸਥਿਤੀ ਬਾਲਕਨ ਯੁੱਧ ਦੌਰਾਨ ਹੋਏ ਲਾਵਾ ਨੂੰ ਮਜ਼ਬੂਤ ਕਰਨਾ ਤੇ ਹੋਰ ਸੰਘਰਸ਼ਾਂ ਤੋਂ ਬਚਣ ਤੇ ਧਿਆਨ ਕੇਂਦ੍ਰਿਤ ਕਰਨਾ ਸੀ ਉਸ ਅਧਿਕਾਰਤ ਨੀਤੀ ਨੂੰ ਲੰਬੇ ਸਮੇਂ ਵਿੱਚ ਇੱਕ ਮਹਾਨ ਸਰਵਿਆਈ ਰਾਜ ਦੇ ਸੁਪਨਿਆਂ ਦਾ ਇੱਕੋ ਸਮੇਂ ਅਤੇ ਗੁਪਤ ਰੂਪ ਵਿੱਚ ਸਮਰਥਨ ਕਰਨ ਦੀ ਰਾਜਨੀਤਿਕ ਜ਼ਰੂਰਤ ਦੁਆਰਾ ਸਥਾਈ ਕੀਤਾ ਗਿਆ ਸੀ ਸਰਬਿਆਈ ਸਰਕਾਰ ਨੇ ਬਲੈਕ ਹੈਂਡ ਦੀ ਸਾਜ਼ਿਸ਼ਾਂ ਨੂੰ ਇਸ ਦਰ ਤੋਂ ਖਤਮ ਕਰਨਾ ਸੰਭਵ ਪਾਇਆ ਕਿ ਇਹ ਆਪਣੇ ਆਪ ਨੂੰ ਅਖਾੜ ਦਿੱਤਾ ਜਾਵੇਗਾ ਕਲਾਰਕ ਕਹਿੰਦਾ ਹੈ ਕਿ ਸਰਬਿਆਈ ਅਧਿਕਾਰੀ ਅੰਸ਼ਕ ਤੌਰ ਤੇ ਅਨਚਾਹੇ ਸਨ ਅਤੇ ਅੰਸ਼ਕ ਤੌਰ ਤੇ ਉਸ ਬੇਰਹਿਮ ਗਤੀਵਿਧਿ ਨੂੰ ਦਬਾਉਣ ਵਿੱਚ ਅਸਮਰਥ ਸਨ ਜਿਸ ਨੇ ਪਹਿਲਾ ਕਤਲੇਆਮ ਨੂੰ ਜਨਮ ਦਿੱਤਾ ਸੀ ਰੂਸ ਨੇ ਸਰਬੀਆ ਨੂੰ ਇੱਕ ਸਾਥੀ 슬라ਵਿਕ ਰਾਜ ਦੇ ਤੌਰ ਤੇ ਸਮਰਥਨ ਕਰਨ ਦੀ ਕੋਸ਼ਿਸ਼ ਕੀਤੀ ਸਰਬੀਆ ਨੂੰ ਆਪਣਾ ਗਾਕ ਮੰਨਿਆ ਅਤੇ ਸਰਬੀਆ ਨੂੰ ਆਸਟਰੀਆ ਹੰਗਰੀ ਦੇ ਵਿਰੁੱਧ ਆਪਣੇ ਵਿਚੈਨੀ ਤੇ ਧਿਆਨ ਕੇਂਦ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ ਕਿਉਂਕਿ ਇਹ ਮੈਸੇਡੋਨੀਆ ਵਿੱਚ ਇੱਕ ਹੋਰ ਸੰਭਾਵੀ ਰੂਸੀ ਸਹਿਯੋਗੀ ਸਰਬੀਆ ਤੇ ਬੁਲਗਾਰੀਆ ਵਿਚਕਾਰ ਸੰਘਰਸ਼ ਨੂੰ ਨਿਰਾਸ਼ ਕਰੇਗਾ